ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਪਰਿਕਰਮਾ ਵਿਖੇ ਲਗਾਏ ਗਏ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੀਰ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲ, ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਸ਼ਮੂਲੀਅਤ ਕੀਤੀ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ। ਸਭ ਤੋਂ ਵੱਡੀ ਜਿਹੜੀ ਮੰਗ ਹੈ ਸਿੱਖ ਕੌਮ ਦੀ ਕਿ ਸਾਡੇ ਬੱਚਿਆਂ ਦੇ ਸਿਰਾਂ ਦੇ ਉੱਤੇ ਦਸਤਾਰ ਹੋਵੇ, ਸਾਡੇ ਬੱਚੇ ਸਾਬਤ ਸੂਰਤ ਹੋਣ, ਉਹਨਾਂ ਦੇ ਸਿਰ ਮੂੰਹ ਦੇ ਉੱਤੇ ਦਾੜੀਆਂ ਹੋਣ। ਅੱਜ ਉਸ ਦਿਨ ਦੇ ਉੱਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਛੁੱਟੀ ਦਾ ਦਿਨ ਉਹਨੂੰ ਜਿਹੜਾ 26 ਜਨਵਰੀ ਦਾ ਉਹਨੂੰ ਉਪਯੋਗ ਵਿੱਚ ਲਿਆਉਂਦੇ ਹੋਏ ਅੱਜ ਜਿਹੜਾ ਮੁਕਾਬਲਾ ਕਰਾਇਆ ਇੱਥੇ ਦਸਤਾਰ ਬੰਦੀ ਦਾ, ਬੱਚੇ ਇੱਥੇ ਆ ਕੇ ਪ੍ਰੇਰਿਤ ਹੁੰਦੇ ਨੇ ਔਰ ਨਵੇਂ ਤਰੀਕੇ ਦੇ ਨਾਲ ਪੱਕਾ ਬਣਿਆ। ਗੱਲ ਜਿੱਤ ਹਾਰਦੀ ਨਹੀਂ ਹੈ, ਇੱਕ ਨੰਬਰ ਤੇ ਦੋ ਨੰਬਰ ਤੇ ਆਉਂਦੀ ਨਹੀਂ ਹੈ, ਮਗਰ ਜਿਸ ਇੰਟਰਸਟ ਦੇ ਨਾਲ, ਜਿਸ ਪਿਆਰ ਦੇ ਨਾਲ, ਜਿਸ ਸਤਿਕਾਰ ਦੇ ਨਾਲ ਗੁਰੂ ਸਾਹਿਬ ਦੀ ਇਸ ਬੱਚੀ ਹੋਈ ਦਾਤ ਨੂੰ ਬੰਨਣ ਆਏ ਨੇ, ਦਸਤਾਰਾ ਬੰਨਣ ਆਏ ਨੇ, ਬੜੀ ਦਿਲ ਨੂੰ ਖੁਸ਼ੀ ਹੋਈ ਹੈ। ਮੈਂ ਸਮੂਹਰੇ ਬੱਚਿਆਂ ਨੂੰ ਵਧਾਈ ਦਿੰਦਾ, ਧਰਮ ਪ੍ਰਚਾਰ ਕਮੇਟੀ ਵੀ ਇਹਨੇ ਜਿਹੜਾ ਜਿਸ ਤਰੀਕੇ ਦਾ ਉਪਰਾਲਾ ਕੀਤਾ, ਸਾਰਿਆਂ ਨੂੰ ਬਹੁਤ ਬਹੁਤ ਦੇਖੋ ਲਗਾਤਾਰ ਪ੍ਰੋਗਰਾਮ ਜਦ ਤੋਂ ਸਾਡੀ ਕਮੇਟੀ ਆਈ ਹੈ ਧਰਮ ਪ੍ਰਚਾਰ ਦੀ ਲਹਿਰ ਨੂੰ ਵਧਾਇਆ ਜਾ ਰਿਹਾ, ਜਿੱਥੇ ਬਾਣੀ ਦੇ ਉੱਤੇ ਗੱਲਾਂ ਕੀਤੀਆਂ ਜਾਂਦੀਆਂ, ਜਿੱਥੇ ਗੁਰਮੁਖੀ ਨੂੰ ਪੜ੍ਹਾਈ ਦੀ ਗੱਲ ਕੀਤੀ ਜਾਂਦੀ, ਜਿੱਥੇ ਪੰਜਾਬੀ ਭਾਸ਼ਾ ਨੂੰ ਪ੍ਰੇਰਿਤ ਕੀਤਾ ਜਾਂਦਾ। ਅੱਜ ਫੁਜੀ ਬੱਚਿਆਂ ਦੇ ਜਿਹੜੇ ਰੂਪ ਹੈ ਤੁਸੀਂ ਜਾਣ ਵਿੱਚ ਪ੍ਰੋਗਰਾਮ ਲਗਾਤਾਰ ਚੱਲ ਰਹੇ ਨੇ ਔਰ ਹੋਰ ਵੀ ਉਪਰਾਲੇ ਤੇ ਕਰਦੇ ਰਹੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਧਰਮ ਪ੍ਰਚਾਰ ਕਮੇਟੀ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਅੱਜ ਉਪਰਾਲਾ ਕੀਤਾ ਗਿਆ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰੋਵਰ ਦੀਆਂ ਪਰਿਕਰਮਾ ਦੇ ਵਿੱਚ ਅੱਜ ਬਹੁਤ ਵੱਡਾ ਸਮਾਗਮ ਕੀਤਾ ਗਿਆ। ਇਹਦੇ ਵਿੱਚ ਦਿੱਲੀ ਦੇ ਸਾਰੇ ਹੀ ਇਲਾਕਿਆਂ ਤੋਂ ਬੱਚੇ ਦਸਤਾਰ ਕੰਪੀਟੀਸ਼ਨ, ਦਸਤਾਰ ਪ੍ਰਤੀਯੋਗਤਾ ਕਰਵਾਈ ਗਈ। ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਇਹਦੇ 'ਚ ਭਾਗ ਲਿਆ, ਰਜਿਸਟ੍ਰੇਸ਼ਨ ਕਰਵਾਈ। ਸਵੇਰੇ 10 ਵਜੇ ਤੋਂ ਬੱਚੇ ਆਏ ਹੋਏ ਨੇ ਔਰ ਇਸ ਟਾਈਮ ਸ਼ਾਮ ਦੇ 5 ਵਜ ਗਏ ਆ। ਸਾਰਾ ਦਿਨ ਬੱਚੇ ਲਗਾਤਾਰ ਦਸਤਾਰ ਦੀ ਆਪਣੀ ਸੁੰਦਰ ਦਸਤਾਰਾ ਸਜਾਉਂਦੇ ਰਹੇ। ਜਿਹੜਾ ਵਾਹਿਵਾ ਗੁਰਬਾਣੀ ਦੇ ਪ੍ਰਤੀ ਉਹਨਾਂ ਦੀ ਨੌਲੇਜ, ਗਿਆਨ, ਉਹ ਵੀ ਜੱਜ ਸਾਹਿਬ ਨੇ ਕੀਤਾ ਔਰ ਜਿਹੜੇ ਬੱਚੇ ਵੈਸੇ ਤਾਂ ਸਾਰਿਆਂ ਬੱਚਿਆਂ ਦੀ ਅਸੀਂ ਹੌਸਲਾ ਅਫਜਾਈ ਕੀਤੀ, ਸਾਰੇ ਬੱਚਿਆਂ ਨੂੰ ਇਨਾਮ ਦਿੱਤੇ, ਦਸਤਾਰਾਂ ਦਿੱਤੀਆਂ, ਸਰਟੀਫਿਕੇਟ ਦਿੱਤੇ ਆ। ਪਰ ਜਿਹੜੇ ਬੱਚਿਆਂ ਨੇ ਵਾਹਿਵਾ ਦੇ ਵਿੱਚ ਅੱਵਲ ਪਰਫੋਰਮੈਂਸ ਕੀਤਾ ਔਰ ਸੁੰਦਰ ਦਸਤਾਰਾਂ ਬਣੀਆਂ, ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਪਹਿਲਾ, ਦੂਸਰਾ ਅਤੇ ਤੀਸਰਾ ਇਨਾਮ ਦਿੱਤੇ ਗਏ ਆ। ਔਰ ਇਸ ਦੀ ਇੱਕ ਜਾਗਰੂਕਤਾ ਲਹਿਰ ਬੱਚਿਆਂ ਦੇ ਵਿੱਚ ਕਿ ਦਸਤਾਰ ਦੇ ਪ੍ਰਤੀ ਉਹਨਾਂ ਦਾ ਸਤਿਕਾਰ, ਉਹਨਾਂ ਦਾ ਪਿਆਰ ਔਰ ਉਹ ਦਸਤਾਰ ਨੂੰ ਪਿਆਰ ਕਰਨ, ਸਿੱਖੀ ਦੀ ਆਨ ਸ਼ਾਨ ਦਸਤਾਰ ਨੂੰ ਪਿਆਰ ਕਰਨ, ਇਹ ਕੋਸ਼ਿਸ਼ ਕੀਤੀ ਗਈ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਚੰਗਾ ਹੁੰਗਾਰਾ ਮਿਲਿਆ, ਆਉਣ ਵਾਲੇ ਸਮੇਂ ਦੇ ਵਿੱਚ ਹੀ ਉਪਰਾਲੇ ਕੀਤੇ ਜਾਣਗੇ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਇਹ ਦਸਤਾਰ ਸਜਾਓ ਮੁਕਾਬਲਾ ਕਰਵਾਇਆ ਗਿਆ, ਇਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ, ਲਗਭਗ 500 ਦੇ ਆਸ ਪਾਸ ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ ਦੇ ਵਿੱਚ ਬੜੀ ਐਕਸਾਈਟਮੈਂਟ ਸੀ ਦਸਤਾਰ ਨੂੰ ਸਜਾਉਣ ਵਾਸਤੇ, ਕਿਉਂਕਿ ਬੱਚਿਆਂ ਨੂੰ ਇਹ ਗੱਲ ਸਮਝਾਈ ਗਈ ਅੱਜ ਵਿਰਾਸਤ ਦੇ ਵਿੱਚ ਜੋ ਸਾਨੂੰ ਦਸਤਾਰਾਂ ਮਿਲੀਆਂ ਨੇ, ਬੱਚਿਆਂ ਨੂੰ ਇਹ ਸਮਝਾਇਆ ਗਿਆ ਤੁਹਾਨੂੰ ਇਹ ਵਿਰਾਸਤ 'ਚ ਮਿਲੀਆਂ ਨੇ, ਤੁਸੀਂ ਸੰਭਾਲ ਕੇ ਅੱਗੇ ਇਹਨੂੰ ਆਪਣੇ ਬੱਚਿਆਂ ਨੂੰ ਵਿਰਾਸਤ ਦੇ ਵਿੱਚ ਦੇਣੀਆਂ ਨੇ। ਇਹ ਸਾਨੂੰ ਐਵੇਂ ਫ੍ਰੀ ਦੇ ਵਿੱਚ ਦਸਤਾਰਾਂ ਨਹੀਂ ਮਿਲੀਆਂ, ਇਹ ਸਰਦਾਰੀਆਂ ਫ੍ਰੀ 'ਚ ਨਹੀਂ ਮਿਲੀਆਂ। ਦਲਾਈ ਕੌਮ ਕੋ ਸਰਬਾਜ਼ੀਓ ਸੇ ਸਰਦਾਰੀ,
ਬਰਾਏ ਕੌਮ ਹੀ ਰੁਤਬੇ ਲਹੂ ਬਹਾ ਕਰ ਲਈਏ। ਇਹ ਜੋ ਦਸਤਾਰਾਂ ਸਾਨੂੰ ਮਿਲੀਆਂ ਨੇ, ਕਿੰਨਿਆਂ ਸ਼ਹੀਦਾਂ ਦਾ ਖੂਨ ਡੁੱਲਿਆ, ਖੂਨ ਦੀਆਂ ਬੁਸ਼ਾਰਾਂ ਇਸ ਮਿੱਟੀ ਦੇ ਵਿੱਚ ਮਿਲੀਆਂ ਨੇ, ਤਾਂ ਕਿਤੇ ਜਾ ਕੇ ਸਾਨੂੰ ਇਹ ਦਸਤਾਰਾਂ ਮਿਲੀਆਂ ਨੇ। ਮਗਰ ਮੈਂ ਦੇਖਿਆ ਕਿ ਬੱਚੇ ਦਸਤਾਰ ਸਜਾਓ ਕੰਪੀਟੀਸ਼ਨ ਦੇ ਵਿੱਚ ਇੰਨੇ ਐਕਸਾਈਟਮੈਂਟ ਦੇ ਨਾਲ ਹਿੱਸਾ ਲਿਆ। ਜਿਹੜੇ ਬੱਚਿਆਂ ਨੂੰ ਦਸਤਾਰ ਨਹੀਂ ਬੰਨਣੀ ਆਉਂਦੀ ਉਹ ਵੀ ਅੱਜ ਆਏ ਹੋਏ ਸੀ, ਅਤੇ ਉਹਨਾਂ ਨੇ ਵੀ ਜਿੱਦਾਂ ਦੀ ਵੀ ਦਸਤਾਰ ਬੰਨੀ ਉਹਨਾਂ ਨੂੰ ਵੇਖ ਕੇ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਸੀ ਕਿ ਜਿਹੜੀ ਦਸਵੇਂ ਪਾਤਸ਼ਾਹ ਦੀ ਸਪਿਰਿਟ ਸਾਨੂੰ ਮਿਲੀ ਆ, ਸੇਵਾ ਸਿਮਰਨ ਦੀ, ਆਪਾ ਵਾਰਨ ਦੀ ਸਪਿਰਿਟ ਮਿਲੀ ਆ, ਦਸਤਾਰ ਬਣ ਕੇ ਸਰਦਾਰ ਬਣਨ ਦੀ ਸਪਿਰਿਟ ਮਿਲੀ ਆ, ਉਹ ਇਹਨਾਂ ਬੱਚਿਆਂ ਦੇ ਵਿੱਚ ਅੱਜ ਦੇਖਣ ਨੂੰ ਮਿਲੀ ਹੈ। ਮੈਂ ਇਹਨਾਂ ਸਾਰੇ ਬੱਚਿਆਂ ਨੂੰ ਬੜੀ ਵਧਾਈ ਦਿੰਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ, ਪ੍ਰਧਾਨ ਹਰਮੀਤ ਸਿੰਘ ਜੀ, ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਜੀ ਕਾਲੋਂ, ਉਹਨਾਂ ਵੱਲੋਂ ਮੈਂ ਸਾਰੇ ਬੱਚਿਆਂ ਨੂੰ, ਬੱਚਿਆਂ ਦੇ ਮਾਤਾ ਪਿਤਾ ਨੂੰ ਇਸ ਗੱਲ ਦੀ ਵਧਾਈ ਦਿੰਦਾ ਜਿਨ੍ਹਾਂ ਨੇ ਸਰਦਾਰ ਬਣਨ ਵਾਸਤੇ ਦਸਤਾਰਾਂ ਸਜਾਉਣ ਦੇ ਵਿੱਚ ਆਪਣੀ ਰੁਚੀ ਵਿਖਾਈ ਆ। ਇਸ ਉਪਰਾਲੇ ਨੂੰ ਆਪਾਂ ਕੰਟੀਨਿਊ ਰੱਖਾਂਗੇ, ਅੱਗੇ ਗੁਰਮਤਿ ਕੈਂਪਾਂ ਦੇ ਵਿੱਚ ਵੀ ਇੱਕ ਮੁਕਾਬਲੇ ਕਰਾਏ ਜਾਣਗੇ ਤਾਂ ਕਿ ਬੱਚਿਆਂ ਦੇ ਵਿੱਚ ਉਹ ਚੇਤਨਾ, ਉਹ ਖੁਸ਼ੀ ਦੀ ਲਹਿਰ ਬਣੀ ਰਹੇ। ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਅਤੇ ਅੱਜ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇੱਥੇ ਦਸਤਾਰ ਇਵੈਂਟ ਕਰਵਾਇਆ ਜਾ ਰਿਹਾ। ਅੱਜ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ, ਛੋਟੇ ਤੋਂ ਛੋਟਾ ਬੱਚਾ ਵੀ ਅੱਜ ਦਸਤਾਰ ਬੰਨਣ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਦਸਤਾਰ ਸਾਹਿਬ ਨਹੀਂ ਸਕਦਾ ਉਹ ਵੀ ਦਸਤਾਰ ਬੰਨ ਰਿਹਾ। ਦੇਖ ਕੇ ਬਹੁਤ ਖੁਸ਼ੀ ਹੋਈ ਕਿ ਇੱਥੇ ਕਿੱਦਾਂ ਆਪਣੇ ਸਿੱਖ ਨੌਜਵਾਨ ਸਾਰੇ ਮਿਲ ਕੇ ਇੱਥੇ ਕਮੇਟੀ ਉਪਰਾਲਾ ਕਰ ਰਹੇ ਹਨ ਕਿ ਬੱਚਿਆਂ ਦੇ ਵਿੱਚ ਦਸਤਾਰ ਦਾ ਗੌਰਵ ਅਤੇ ਦਸਤਾਰ ਦਾ ਮਹੱਤਵ ਸਮਝਾਇਆ ਜਾਵੇ। ਬਹੁਤ ਅੱਛੀ ਗੱਲ ਹੈ, ਬਹੁਤ ਸੋਹਣਾ ਲੱਗ ਰਿਹਾ, ਬਹੁਤ ਅੱਛਾ ਲੱਗ ਰਿਹਾ ਇੱਥੇ, ਬਹੁਤ ਇੱਕ ਖੂਬਸੂਰਤ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਜਿੱਥੇ ਰੰਗ ਬਿਰੰਗੀ ਪੱਗਾਂ ਦੇ ਨੌਜਵਾਨ ਬੱਚੇ, ਛੋਟੇ ਬੱਚੇ, ਵੱਡੇ ਬੱਚੇ ਸਾਰਿਆਂ ਨੇ ਪੱਗਾਂ ਬਣ ਕੇ ਸਾਡੀ ਭੈਣਾਂ ਨੇ ਸਭ ਨੇ ਦਸਤਾਰਾਂ ਸਜਾ ਕੇ ਬਹੁਤ ਸੋਹਣਾ ਰੂਪ ਬਣਾਇਆ ਜਾ ਆਪਣਾ, ਬਹੁਤ ਸੋਹਣਾ ਲੱਗ ਰਿਹਾ ਇੱਥੇ। ਅਸੀਂ ਸਾਰੇ ਹੀ ਇੱਥੇ ਐਜ਼ ਅ ਵਲੰਟੀਅਰ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਾਲੇ ਪਵਿੱਤਰ ਸਥਾਨ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਲ ਧਰਮ ਪ੍ਰਚਾਰ ਕਮੇਟੀ ਸਾਡੇ ਵੀਰ ਜਸਪ੍ਰੀਤ ਸਿੰਘ ਕਰਮ ਸਿੰਘ ਜੀ ਵੱਲੋਂ ਇਹ ਬਹੁਤ ਹੀ ਵੱਡੇ ਪੱਧਰ 'ਤੇ ਇਹ ਜਿਹੜਾ ਦਸਤਾਰ ਮੁਕਾਬਲਾ ਕਰਾਇਆ ਗਿਆ ਹੈ, ਇਸ ਨੂੰ ਦੇਖ ਕੇ ਅੱਜ ਇਤਨਾ ਉਤਸ਼ਾਹ ਆਇਆ ਹੈ ਕਿ ਇੰਨੇ ਵੱਡੇ ਪੱਧਰ 'ਤੇ ਬੱਚਿਆਂ ਨੇ ਆ ਕੇ ਇੱਥੇ ਪਾਰਟੀਸਿਪੇਟ ਕੀਤਾ। ਵਿਨਰਸ ਤਾਂ ਆਏ ਹੀ, ਬਾਕੀ ਸਾਰੇ ਬੱਚਿਆਂ ਨੂੰ ਅਤੇ ਇੱਕ ਟਰਬਨ ਅਤੇ ਮੱਗ ਜਿਹੜਾ ਪ੍ਰਾਈਜ਼ ਵਜੋਂ ਮਿਲਿਆ ਹੈ, ਇਹ ਬੱਚਿਆਂ ਦਾ ਮੋਟੀਵੇਸ਼ਨ ਹੋਰ ਵਧਾਉਂਦਾ ਹੈ। ਅਤੇ ਇਸ ਤਰ੍ਹਾਂ ਦੇ ਛੋਟੇ ਛੋਟੇ ਉਪਰਾਲੇ ਅਗਰ ਅਸੀਂ ਸਾਰੇ ਮਿਲ ਕੇ ਕਰਦੇ ਰਹੀਏ ਤਾਂ ਸਾਡੀ ਆਉਣ ਵਾਲੀ ਕੌਮ, ਆਉਣ ਵਾਲੀ ਪਨੀਰੀ ਸਦਾ ਹੀ ਆਪਣੀ ਗੁਰਸਿੱਖੀ ਨਾਲ, ਆਪਣੀ ਗੁਰਮੁਖੀ ਨਾਲ ਜੁੜੀ ਰਹੇਗੀ। ਅਤੇ ਸਾਡੇ ਸਾਰਿਆਂ ਦੇ ਹੀ ਆਪਣੇ ਆਪਣੇ ਵੱਲੋਂ, ਜੱਥਿਆਂ ਵੱਲੋਂ ਅਸੀਂ ਇਹ ਛੋਟੇ ਛੋਟੇ ਉਪਰਾਲੇ ਕਰਦੇ ਰਹਿੰਦੇ ਹਾਂ, ਜਿਸ ਵਿੱਚ ਦਿੱਲੀ ਕਮੇਟੀ ਦਾ, ਧਰਮ ਪ੍ਰਚਾਰ ਕਮੇਟੀ ਦਾ ਸਦਾ ਹੀ ਪੂਰਨ ਸਹਿਯੋਗ ਹੁੰਦਾ ਹੈ। ਦਿੱਲੀ ਸਿੱਖ ਪ੍ਰਬੰਧਕ ਕਮੇਟੀ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਦਸਤਾਰ ਦਾ, ਬਹੁਤ ਅੱਛਾ ਹੈ। ਇਹਨਾਂ ਨੇ ਗੁਰਮਤਿ ਕੈਂਪ ਦਾ ਵੀ ਉਪਰਾਲਾ ਕੀਤਾ, ਪਰ ਅੱਜ ਲੋੜ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਜਵਾਨੀਆਂ ਜਿਹੜੀਆਂ ਹੈਗੀਆਂ, ਅੱਜ ਕੱਲ੍ਹ ਬੱਚੇ ਟੀਵੀਆਂ ਦੇ ਵਿੱਚ, ਮੋਬਾਈਲਸ ਦੇ ਵਿੱਚ ਵੜੇ ਹੋਏ ਨੇ, ਉਹਨਾਂ ਨੂੰ ਸਿੱਖੀ ਦੀ ਬਹੁਤ ਲੋੜ ਹੈ ਕਿ ਉਹ ਆਪਣੇ ਕੌਮ ਦੇ ਵਿਰਸੇ ਨੂੰ ਪਹਿਚਾਨਣ। ਅਤੇ ਇਹ ਬਹੁਤ ਅੱਛਾ ਇੱਕ ਉਪਰਾਲਾ ਹੈਗਾ ਹੈ, ਜਿਸ ਹਿਸਾਬ ਦੇ ਨਾਲ ਉਹਨਾਂ ਨੇ ਦਸਤਾਰ ਦਾ ਕੀਤਾ, ਬੱਚਿਆਂ 'ਚ ਜੋਸ਼ ਦਿਖਦਾ ਪਿਆ ਵੇ। ਕੰਪੀਟੀਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਨੂੰ ਅੱਗੇ ਵਧਣ ਵਾਸਤੇ, ਸੋਸਾਇਟੀ 'ਚ ਬੈਠਣ ਵਾਸਤੇ ਸਭ ਕੁਝ ਜਾਣਨਾ ਚਾਹੀਦਾ ਹੈ ਕਿ ਦਸਤਾਰ ਦੀ ਕੀ ਇੰਪੋਰਟੈਂਸ ਹੈ, ਕੀ ਉਹਦੀ ਜ਼ਰੂਰਤ ਹੈ, ਔਰ ਅੱਜ ਦੇ ਟਾਈਮ ਵਿੱਚ ਬੱਚੇ ਦੇ ਵਾਸਤੇ ਬਹੁਤ ਜ਼ਰੂਰੀ ਹੈ ਪੱਗ ਬੰਨ ਕੇ ਅੱਗੇ ਵਧਣਾ। ਇਹ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੀ ਗੁਰਸਿੱਖੀ ਅੱਗੇ ਚੱਲਦੀ ਰਹੇ। ਜੋ ਗੁਰੂ ਗੋਬਿੰਦ ਸਿੰਘ ਜੀ ਨੇ ਦਸਤਾਰ ਸਜਾਈ ਹੈ, ਉਹ ਅੱਗੇ ਬੱਚੇ ਸਜਾਉਂਦੇ ਰਹਿਣ। ਜਿਹੜੇ ਬੱਚੇ ਕੇਸ ਕੱਟ ਲੈਂਦੇ ਆ, ਦਾੜਾ ਕੱਟ ਲੈਂਦੇ ਆ, ਉਹ ਅੱਗੇ ਨਾ ਕੱਟਣ, ਐਵੇਂ ਦੇ ਕੰਪੀਟੀਸ਼ਨ 'ਚ ਪਾਰਟੀਸਪੇਟ ਕਰਕੇ ਸਾਡੇ ਬੱਚੇ ਅੱਗੇ ਇਹੀ ਸਿੱਖਣ ਕਿ ਆਪਣਾ ਜਿਹੜਾ ਦਾੜਾ ਸਾਹਿਬ ਉਹ ਵੀ ਬਚਾ ਕੇ ਰੱਖੀਏ, ਅਤੇ ਆਪਣੇ ਕੇਸ ਵੀ ਬਚਾ ਕੇ ਰੱਖੀਏ, ਅਤੇ ਆਪਣੇ ਪੱਗ 'ਤੇ ਹਮੇਸ਼ਾ ਦਸਤਾਰ ਸਜਾ ਕੇ ਰੱਖੀਏ। ਕਿੰਨੀ ਪ੍ਰੇਰਣਾ ਮਿਲਦੀ ਹੈ ਬੱਚੇ?